ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ, ਬਹੁਤ ਹੀ ਖਾਸ ਅਤੇ ਮਹੱਤਵਪੂਰਨ ਟੌਪਿਕ ਕੈਨੇਡਾ 480। ਇਹ 480 ਦਾ ਬਹੁਤ ਸਾਰਾ ਰੌਲਾ ਅੱਜ ਕੱਲ੍ਹ, ਬਹੁਤ ਸਾਰੇ ਸਟੂਡੈਂਟ 480 ਦਾ ਮਤਲਬ ਸਮਝ ਗਏ, ਬਹੁਤ ਸਾਰੇ ਸਟੂਡੈਂਟਸ ਨੂੰ 480 ਦਾ ਮਤਲਬ ਸਮਝਾਉਣ ਦੀ ਲੋੜ ਹੈ। ਅਤੇ ਸਾਡੇ ਨਾਲ ਜਸਮੀਤ ਭਾਟੀਆ ਜੀ ਨੇ, ਜਿਹੜੇ ਕਿ ਅੱਜ ਫਿਰ ਸਟੂਡੈਂਟਸ ਨੂੰ ਦੱਸਣਗੇ ਕਿ 480 ਦੇ ਫਾਇਦੇ ਕੀ ਹੈ, ਉਹ ਸਟੂਡੈਂਟ ਜਿਨ੍ਹਾਂ ਕੋਲ ਬਜਟ ਬਹੁਤ ਘੱਟ ਹੈ, ਕਿਵੇਂ 480 ਨਾਲ ਉਹ ਕੈਨੇਡਾ ਜਾ ਸਕਦੇ ਨੇ ਅਤੇ ਕਿਵੇਂ ਉਸ ਤੋਂ ਬਾਅਦ ਉਹ ਕਿਸੇ ਸਰਕਾਰੀ ਕਾਲਜ ਦੇ ਵਿੱਚ ਆਪਣੇ ਆਪ ਨੂੰ ਐਡਵਾਂਸ ਸਟੱਡੀ 'ਚ ਸਰਕਾਰੀ ਕਾਲਜ 'ਚ ਸ਼ਿਫਟ ਕਰ ਸਕਦੇ ਨੇ, ਔਰ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ। ਜਸਮੀਤ ਜੀ ਨੰਬਰ ਸਕਰੀਨ 'ਤੇ ਹੈ, ਜਸਮੀਤ ਜੀ ਦੇ ਨਾਲ ਤੁਸੀਂ ਫੋਨ 'ਤੇ ਗੱਲ ਵੀ ਕਰ ਸਕਦੇ ਹੋ, ਸਾਡੇ ਨਾਲ ਮੌਜੂਦ ਨੇ। ਜਸਮੀਤ ਜੀ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜਸਮੀਤ ਜੀ। 480 ਨੂੰ ਮੈਂ ਇੱਕ ਵਾਰੀ ਚਾਹੂੰਗਾ ਫਿਰ ਐਕਸਪਲੇਨ ਕਰੋ, ਕਿਉਂਕਿ ਹਜੇ ਤੱਕ ਅਸੀਂ 480 ਦੇ ਸਾਰੇ ਸ਼ੋਅ ਹਿੰਦੀ 'ਚ ਕੀਤੇ ਨੇ ਅਤੇ ਹੁਣ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਕਿਉਂਕਿ ਉੱਥੇ ਪੰਜਾਬੀ ਵੀ ਸਾਰੇ ਸਮਝਦੇ ਨੇ, ਸੋ ਪੰਜਾਬੀ ਵਾਲਿਆਂ ਨੂੰ ਵੀ ਸਾਰਿਆਂ ਨੂੰ ਜੇ 480 ਸਮਝ ਆਵੇ ਤਾਂ। ਸੋ ਦੇਖੋ, ਇੱਕ ਸਾਲ ਦੀ ਕੈਨੇਡਾ ਦੇ ਕਾਲਜ ਦੀ ਫੀਸ, ਪ੍ਰਾਈਵੇਟ ਕਾਲਜ ਦੀ ਫੀਸ 480,000 ਹੈ, ਜਿਹੜੇ ਤੁਸੀਂ ਦੇ ਕੇ ਕੈਨੇਡਾ ਜਾ ਸਕਦੇ ਹੋ। ਐਂਡ ਸੈਕਿੰਡ ਈਅਰ 'ਚ ਤੁਹਾਨੂੰ ਐਡਮਿਸ਼ਨ, ਫਸਟ ਈਅਰ 'ਚ ਮਤਲਬ ਫਸਟ ਈਅਰ ਦੇ ਡਿਪਲੋਮਾ 'ਚ, ਸੈਕਿੰਡ ਈਅਰ 'ਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਨ ਅ ਪਬਲਿਕ ਕਾਲਜ, ਯਾਨੀ ਸਰਕਾਰੀ ਕਾਲਜ ਦੀ ਐਡਮਿਸ਼ਨ ਸੈਕਿੰਡ ਈਅਰ 'ਚ ਗਰੰਟੀ ਹੈ। ਸਪੋਜ਼ ਤੁਸੀਂ ਜਨਵਰੀ 'ਚ ਜਾਂਦੇ ਹੋ ਤਾਂ ਤੁਸੀਂ ਸਪਤੰਬਰ 'ਚ ਆਪਣਾ ਡਿਪਲੋਮਾ ਸਰਕਾਰੀ ਕਾਲਜ 'ਚ ਸ਼ੁਰੂ ਕਰ ਸਕਦੇ ਹੋ। ਸੋ ਔਰ ਜੇ ਤੁਹਾਨੂੰ ਉੱਥੇ ਵਰਕ ਮਿਲ ਜਾਂਦਾ, ਜੇ ਤੁਹਾਨੂੰ ਜੋਬ ਮਿਲ ਜਾਂਦੀ ਹੈ ਪੱਕੀ, ਤਾਂ ਤੁਸੀਂ ਆਪਣਾ ਵਰਕ ਵੀ ਕਰ ਸਕਦੇ। ਸੋ ਸਟੂਡੈਂਟ 480,000 ਇਹਦੀ ਫੀਸ ਹੈਗੀ ਹੈ, ਜਿਹੜੀ ਕਿ ਸਾਲ ਦੀ ਹੈ। ਔਰ ਜੇ ਤੁਸੀਂ ਕੀ ਕਹਿੰਦੇ ਵੀਜ਼ਾ ਅਪਲਾਈ ਕਰਦੇ ਹੋ ਤਾਂ GIC ਮਿਲਾ ਕੇ ਆਪਣਾ ਜਿਹੜਾ ਖਰਚਾ ਹੈ ਉਹ 11 ਤੋਂ 12 ਲੱਖ ਰੁਪਏ 'ਚ ਆ ਜਾਂਦਾ। ਵੇਅਰ ਐਜ਼ ਕਾਫੀ ਸਾਰੇ ਸਟੂਡੈਂਟਸ ਦੀ ਕੁਐਰੀ ਸੀ ਸ਼ੁਰੂ ਤੋਂ ਹੀ ਮੈਨੂੰ ਕਿ ਅਸੀਂ ਲੋਅ ਕੋਸਟ ਕਾਲਜਿਸ 'ਚ ਜਾਣਾ ਚਾਹੁੰਦੇ ਹਾਂ, ਸੋ ਉਸੇ ਕਰਕੇ ਅਸੀਂ ਇੱਕ ਉਪਰਾਲਾ ਕੀਤਾ ਕਿ 480,000 ਰੁਪਏ 'ਚ ਸਟੂਡੈਂਟ ਹੁਣ ਕੈਨੇਡਾ ਪੜ੍ਹਨ ਜਾ ਸਕਦਾ, ਜਿਹਦੇ 'ਚ ਇੱਕ ਸਾਲ ਦੀ ਫੀਸ ਇਨਕਲੂਡਿਡ। ਬਿਲਕੁਲ ਠੀਕ ਹੈ। ਸੋ ਇਹ ਗੱਲ ਮੈਂ ਚਾਹੂੰਗਾ ਇੱਕ ਵਾਰੀ ਤਕਨੀਕੀ ਤੌਰ 'ਤੇ ਅਗਰ ਅਸੀਂ ਫਿਰ ਹੋਰ ਜ਼ਿਆਦਾ ਸਮਝਾ ਦਈਏ। ਆਮ ਤੌਰ 'ਤੇ ਸਟੂਡੈਂਟ ਇਸ ਗੱਲ ਨੂੰ ਲੈ ਕੇ ਕਨਫਿਊਜ਼ ਹੈ ਕਿ ਮੈਂ ਸਰਕਾਰੀ ਕਾਲਜ ਦੇ ਵਿੱਚ ਕੀ ਗਰੰਟਡ ਸ਼ਿਫਟ ਹੋ ਸਕਾਂਗਾ, ਕਿੰਨੇ ਕੁ ਨੰਬਰ ਉਹਨੂੰ ਫਸਟ ਈਅਰ 'ਚ ਚਾਹੀਦੇ ਨੇ, ਕਲੀਅਰ ਹੋਣਾ ਤਾਂ ਲਾਜ਼ਮੀ ਹੈ, ਅਤੇ ਕਿੰਨੇ ਕੁ ਟਾਈਮ ਬਾਅਦ ਉਹਨੂੰ ਸਰਕਾਰੀ ਕਾਲਜ 'ਚ ਐਡਮਿਸ਼ਨ ਮਿਲੂਗੀ, ਔਰ ਕਿੰਨੇ ਕੁ ਸਰਕਾਰੀ ਕਾਲਜਾਂ ਦੇ ਵਿੱਚ ਉਹਦੇ ਲਈ ਆਪਸ਼ਨ ਹੈ। ਸੋ ਦੇਖੋ, ਪਹਿਲੀ ਗੱਲ ਤਾਂ 50% ਮਾਰਕਸ ਚਾਹੀਦੇ ਹੋਣਗੇ ਪਾਸ ਹੋਣਾ ਪਏਗਾ ਫਸਟ ਈਅਰ ਦੇ ਅੰਦਰ, ਐਂਡ ਜਿਹੜੀਆਂ ਕਲਾਸਿਸ ਹੈ ਉਹ ਵੀ 1 ਜਾਂ 2 ਦਿਨ ਹੀ ਲੱਗਣਗੀਆਂ ਵੀਕਲੀ। 2 ਕੈਂਪਸ ਹੈਗੇ ਆ, 1 ਇਜ਼ ਬਰੈਂਪਟਨ ਐਂਡ ਅਦਰ 1 ਇਜ਼ ਸਰੀ। ਸੋ 2 ਕੈਂਪਸ ਹੈ, ਇੱਕ ਬ੍ਰਿਟਿਸ਼ ਕੋਲੰਬੀਆ ਅਤੇ ਇੱਕ ਓਨਟਾਰੀਓ ਵਿੱਚ। ਸੋ ਇੱਥੇ ਸਟੂਡੈਂਟ ਪੜ੍ਹਨ ਜਾ ਸਕਦਾ। ਐਂਡ ਸੈਕਿੰਡ ਈਅਰ 'ਚ ਜਿਹੜੀ ਐਡਮਿਸ਼ਨ ਹੈ ਉਹ 2 ਜਾਂ 3 ਸਰਕਾਰੀ ਕਾਲਜਿਸ ਦੇ ਅੰਦਰ ਗਰੰਟਿਡ ਰਹੇਗੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜੇ ਤੁਸੀਂ ਜਨਵਰੀ 'ਚ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਸਪਤੰਬਰ ਇਨਟੇਕ 'ਚ ਸਰਕਾਰੀ ਕਾਲਜ ਮਿਲ ਸਕਦਾ, ਭਾਵੇਂ ਤੁਸੀਂ ਬ੍ਰੇਕ ਲੈ ਕੇ ਜਨਵਰੀ 25 ਦਾ ਵੀ ਇਨਟੇਕ ਸਟਾਰਟ ਕਰ ਸਕਦੇ ਹੋ। ਤੁਹਾਡੇ 'ਤੇ ਡਿਪੈਂਡ ਕਰਦਾ ਕਿ ਜੇ ਤੁਸੀਂ ਬ੍ਰੇਕ ਲੈਣੀ ਹੈ 4 ਮਹੀਨੇ ਦੀ ਤਾਂ ਤੁਸੀਂ ਜਨਵਰੀ 25 ਦਾ ਵੀ ਇਨਟੇਕ ਸਟਾਰਟ ਕਰ ਸਕਦੇ ਹੋ। ਬਿਲਕੁਲ ਠੀਕ ਹੈ ਜੀ। ਸੋ ਸਕਰੀਨ 'ਤੇ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲ ਕਰ ਸਕਦੇ ਹੋ, ਪਰ ਮੈਂ ਐਲੀਜੀਬਿਲਿਟੀ ਜ਼ਰੂਰ ਲੈ ਲਵਾਂ। ਐਲੀਜੀਬਿਲਿਟੀ ਕਿੰਨੀ ਹੈ 480? ਓਵਰਆਲ 6 ਬੈਂਡ, ਓਵਰਆਲ 6 ਬੈਂਡ ਚਾਹੀਦੇ ਆ, ਚਾਹੇ 1 'ਚੋਂ 5 ਹੈ, 2 'ਚੋਂ 5 ਹੈ, 2 'ਚੋਂ 5.5 ਹੈ, 3 'ਚੋਂ 5.5 ਹੈ, ਕੋਈ ਵੀ ਹੈਗੇ, ਬਟ ਓਵਰਆਲ 6 ਬੈਂਡ ਚਾਹੀਦੇ ਹੈ। ਔਰ ਓਵਰਆਲ 6 ਬੈਂਡ ਦੇ ਨਾਲ ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰਾਈਵੇਟ ਕਾਲਜ 'ਚ ਅਪਲਾਈ ਕਰ ਸਕਦੇ। ਤੁਹਾਨੂੰ ਪਤਾ ਹੀ ਕਿ ਸਰਕਾਰੀ ਕਾਲਜ ਸਿਰਫ 1 'ਚ 5.5 ਲੈਂਦੇ ਆ। ਸੋ ਜਿਹੜੇ ਬੱਚੇ 2 'ਚੋਂ 5.5 ਵਾਲੇ ਆ ਜਾਂ 1 'ਚ 5 ਵਾਲੇ ਆ, ਉਹਨਾਂ ਵਾਸਤੇ ਕੈਨੇਡਾ ਦੀ ਆਪਸ਼ਨ ਸਰਕਾਰੀ ਕਾਲਜ ਦੀ ਵੈਸੇ ਹੀ ਨਹੀਂ ਹੈਗੀ। ਸੋ ਉਹਨਾਂ ਵਾਸਤੇ ਇੱਕ ਬਹੁਤ ਹੀ ਅਟਰੈਕਟਿਵ ਚੀਜ਼ ਹੈਗੀ ਹੈ। ਜਸਮੀਤ ਜੀ, ਆਮ ਤੌਰ 'ਤੇ ਪ੍ਰਾਈਵੇਟ ਕਾਲਜਸ ਦੀ ਜ਼ਿਆਦਾ ਦੀ ਰੈਪੂਟੇਸ਼ਨ ਕੈਨੇਡਾ 'ਚ ਚੰਗੀ ਨਹੀਂ, ਪਰ ਇਹ ਕਾਲਜ ਤੁਹਾਡਾ ਚੰਗਾ? ਸੋ ਬੇਸਿਕਲੀ ਦੇਖੋ, ਜਿਹੜੀ ਵੀ ਚੀਜ਼ ਅਸੀਂ ਪ੍ਰਮੋਟ ਕਰਾਂਗੇ ਉਹਦੀ ਗਰੰਟੀ ਸਾਡੀ ਹੈ। ਸੋ ਪੂਰੀ ਗਰੰਟੀ ਰਹੇਗੀ, ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ। ਇੱਕ ਸਰਕਾਰੀ ਕਾਲਜ ਦੇ ਕੈਂਪਸ 'ਚ ਹੀ ਪੜ੍ਹੋਗੇ ਤੁਸੀਂ,
ਤਾਂ ਹੀ ਕਰਕੇ ਤੁਹਾਨੂੰ ਅਸੀਂ ਸਰਕਾਰੀ ਕਾਲਜ ਦੀ ਐਡਮਿਸ਼ਨ ਵੀ ਗਰੰਟੀ ਦੇ ਰਹੇ ਹਾਂ। ਸੋ ਜਿੱਥੇ ਤੁਸੀਂ ਪੜ੍ਹੋਗੇ ਉਹ ਇੱਕ ਸਰਕਾਰੀ ਕਾਲਜ ਦਾ ਕੈਂਪਸ ਹੀ ਹੋਏਗਾ। ਅੱਛਾ, ਐਡਮਿਸ਼ਨ ਤੁਹਾਡੀ ਪ੍ਰਾਈਵੇਟ ਹੋਏਗੀ ਪਰ ਕੈਂਪਸ ਸਰਕਾਰੀ ਹੋਏਗਾ? ਬਿਲਕੁਲ, ਜਿੱਥੇ ਪੜ੍ਹਨਾ ਹੀ ਪੜ੍ਹੋਗੇ ਤੁਸੀਂ, ਔਰ ਇੱਕ ਸਾਲ ਤੁਸੀਂ ਉੱਥੇ ਪੜ੍ਹ ਕੇ ਅਗਲੇ ਸਾਲ ਸਰਕਾਰੀ ਕਾਲਜ 'ਚ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ। ਸੋ ਕੁਝ ਕੋਈ ਵੀ ਚੀਜ਼ ਅਸੀਂ ਜੇ ਸਟਾਰਟ ਕਰਾਂਗੇ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਦੇਖ ਕੇ ਬਿਲਕੁਲ ਟਟੋਲ ਕੇ ਕਰਦੇ ਹਾਂ। ਪੈਸੇ ਬਿਲਕੁਲ ਸੇਫ ਹੈ ਤੁਹਾਡੇ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ। ਜੇ ਰਿਫਿਊਜ਼ਲ ਆ ਜਾਂਦੀ ਹੈ ਤਾਂ ਰੀਫੰਡ ਹੈ ਪੈਸੇ। ਸੋ ਉਹ 100% ਗਰੰਟੀਡ ਲੈਂਡਮਾਰਕ ਇਮੀਗ੍ਰੇਸ਼ਨ ਦੀ ਇਸ ਚੀਜ਼ ਦੀ ਰਹੀ। ਚਲੋ, ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਰੰਟੀ ਦੇ ਰਿਹਾ। ਸੋ ਇਸ ਕਰਕੇ ਜਸਮੀਤ ਭਾਟੀਆ ਜੀ ਦੀ ਗੱਲ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ। 90413 90412 ਜ਼ਰੂਰ ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਜਸਮੀਤ ਜੀ ਦੇ ਨਾਲ ਰਾਬਤਾ ਬਣਾ ਸਕਦੇ ਹੋ। ਥੈਂਕ ਯੂ ਸੋ ਮਚ। ਧੰਨਵਾਦ। ਥੈਂਕ ਯੂ।